ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਗਵਿੰਦਰ ਪਟਿਆਲ ਜੀ, ਗੱਲ ਕਰ ਰਹੇ ਨੇ? ਬੋਲ ਰਹੇ ਜੀ। ਠੀਕ ਹੈ ਜੀ, ਮੈਂ ਇੱਕ ਬੇਨਤੀ ਕਰਨੀ ਸੀ ਜੀ। ਮੇਰਾ ਨਾਮ ਗੁਰਮੋਹਨਪ੍ਰੀਤ ਸਿੰਘ ਹੈ ਤੇ ਮੈਂ ਤੁਹਾਡੀ ਰੀਸੈਂਟ ਇੰਟਰਵਿਊ ਦੇ ਬਾਰੇ ਗੱਲ ਕਰਨੀ ਚਾਹੁੰਦਾ। ਦੱਸੋ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਇੱਕ ਬੰਦੇ ਨੂੰ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਅੱਗੇ ਦਿਖਾ ਰਹੇ ਹੋ, ਉਸ ਤਰੀਕੇ ਦੀ ਦਰਦ ਵਾਲੇ ਪੰਜਾਬ ਦੇ ਵਿੱਚ ਬਹੁਤ ਬੰਦੇ ਨੇ ਜਿਹੜੇ ਸਿਸਟਮ ਦੀ ਭੇਟ ਚੜ ਕੇ ਅੰਦਰ ਆ ਚੁੱਕੇ ਨੇ, ਤੇ ਤੁਸੀਂ ਜਿਹੜਾ ਇਹ ਸ਼ੀਅਰ ਗੱਟਸ ਤੁਸੀਂ ਇੱਕ ਲਾਰੈਂਸ ਦੇ ਕੇਸ ਦੇ ਵਿੱਚ ਦਿਖਾਏ ਨੇ, ਕੀ ਤੁਸੀਂ ਇਹੀ ਗੱਟਸ ਜਿਹੜੇ ਨੇ ਇਹ ਬੰਦੀ ਸਿੰਘਾਂ ਨੇ ਕੇਸ ਦੇ ਵਿੱਚ ਦਿਖਾਉਣ ਦੀ ਜ਼ਰੂਰਤ ਕਰੋਗੇ ਜੀ? ਦੱਸੋ ਤੁਸੀਂ ਕੌਣ ਬੰਦਾ ਹੈ? ਤੁਸੀਂ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦਾ ਜੇ ਜਿਵੇਂ ਤੁਸੀਂ ਆਪਣੇ ਰਿਸੋਰਸਿਸ ਦੇ ਨਾਲ। ਨਹੀਂ, ਮੇਰੀ ਗੱਲ ਸੁਣ ਲਓ ਤੁਸੀਂ। ਹਾਂਜੀ, ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਇੱਕ ਮਤਲਬ ਮੈਂ ਡਿਬੇਟ ਨਹੀਂ ਕਰ ਰਿਹਾ ਤੁਹਾਡੇ ਨਾਲ ਜੀ। ਨੰਬਰ 1, ਤੁਸੀਂ ਜਗਤਾਰ ਹਵਾਰਾ ਦਾ ਇੰਟਰਵਿਊ ਕਰਵਾ ਦਿਓ ਮੈਨੂੰ, ਮੈਂ ਕਰ ਦੂੰਗਾ। ਹੁਣ ਤੁਸੀਂ ਕਹੋਗੇ ਕਿ ਜੀ ਇਹ ਮਤਲਬ ਨਾਰਮਲ ਕੋਈ ਇਹ ਹੈਗਾ ਜਿਹਦਾ ਰਿਨਾਊਂਡ ਆਦਮੀ ਉਹਦਾ ਕਰਾ ਦੂੰ, ਮੈਂ ਕਰ ਲੂੰਗਾ, ਮੈਂ ਕਿਹੜਾ ਮਨਾ ਕਰ ਰਿਹਾ। ਠੀਕ ਹੈ ਜੀ, ਨਹੀਂ ਮੈਂ ਇਹ ਚੀਜ਼ ਕਹਿਣਾ ਚਾਹੂੰਗਾ ਕਿ ਤੁਸੀਂ ਕਿੰਨੇ ਪਾਵਰਫੁਲ ਹੋਵੋਗੇ ਜਿਹੜੇ ਤੁਸੀਂ ਮੋਸਟ ਫਰੋਸ਼ੀਅਸ ਕ੍ਰਿਮੀਨਲ ਹੈ ਜਿਹੜਾ ਇਸ ਵੇਲੇ ਦਾ ਪੰਜਾਬ ਦਾ। ਨਹੀਂ, ਇਹ ਤਾਂ ਤੁਹਾਡੀ ਡੈਫੀਨੇਸ਼ਨ ਹੈ ਨਾ ਕਿ ਤੁਸੀਂ ਪਾਵਰਫੁਲ ਹੋਵੋਗੇ। ਮੈਂ ਇੱਕ ਸਹੀ ਪ੍ਰੋਫੈਸ਼ਨਲ ਹਾਂ, ਆਪਣੀ ਮਿਹਨਤ ਕਰਦਾ ਤਰੀਕੇ ਨਾਲ। ਠੀਕ ਹੈ, ਠੀਕ ਹੈ, ਮੈਂ ਡੈਜ਼ਿਗਨੇਸ਼ਨ ਦੇਣ ਦੀ ਮੈਨੂੰ ਲੋੜ ਨਹੀਂ ਹੈ ਪਾਵਰਫੁਲ ਹੈ, ਤੁਸੀਂ ਕਿਵੇਂ ਕਹਿ ਸਕਦੇ ਹੋ ਮੈਂ ਪਾਵਰਫੁਲ? ਨਹੀਂ, ਮੈਂ ਤੁਹਾਡੀ ਨਹੀਂ, ਮੈਂ ਤੁਹਾਨੂੰ ਪੁੱਛਣਾ ਤਾਂ ਮੇਰਾ ਹੱਕ ਬਣਦਾ ਕਿ ਤੁਸੀਂ ਮੋਸਟ ਫਰੋਸ਼ੀਅਸ ਕ੍ਰਿਮੀਨਲ ਤੱਕ ਕਿਵੇਂ ਪਹੁੰਚ ਗਏ? ਤੇਰਾ ਭਰਾ ਕਿਉਂ ਦੱਸਣਾ, ਤੂੰ ਮੇਰਾ ਭਾਈ ਬਹੁਤ ਸੋਹਣਾ ਲੱਗਾ, ਮੈਂ ਤੈਨੂੰ ਦੱਸਾਂ ਕਿਵੇਂ ਪਹੁੰਚ ਗਏ, ਜਾ ਕੇ ਹਾਈਕੋਰਟ 'ਚ ਪਟੀਸ਼ਨ ਪਾ ਦੇ, ਮੈਂ ਉਹ ਦੱਸ ਦੂੰਗਾ ਉੱਥੇ। ਪੁੱਛਣਾ ਕੀ ਫਰਜ਼ ਬਣਦਾ ਕੋਈ, ਮੈਂ ਪਬਲਿਕ ਸਰਵੈਂਟ ਹੈਗਾ ਕਿ ਤੁਸੀਂ ਮੈਨੂੰ ਪੁੱਛੋਗੇ? ਮੈਨੂੰ ਜਿਹੜੀ ਕੰਪਨੀ ਤਨਖਾਹ ਤੇ ਰੱਖਿਆ ਹੋਇਆ ਜੀ। ਅੱਛਾ, ਦੱਸੂਗਾ ਮੈਂ ਤੁਸੀਂ ਕੌਣ ਹੁੰਦੇ ਹੋ? ਜਿਹੜੀ ਕੰਪਨੀ ਨੇ ਤੁਹਾਨੂੰ ਤਨਖਾਹ ਦੇ ਉੱਤੇ ਰੱਖਿਆ ਹੋਇਆ, ਮਤਲਬ ਤੁਸੀਂ ਕੰਪਨੀ ਮੰਨ ਗਏ ਜਿਵੇਂ ਕਿ ਈਸਟ ਇੰਡੀਆ ਕੰਪਨੀ ਸੀ ਤੁਹਾਡੀ, ਇੱਕ ਕੰਪਨੀ ਹੈ। ਯੋਰ ਸੋਲ ਪਰਪਸ ਇਜ਼ ਪ੍ਰੋਫਿਟ ਮੇਕਿੰਗ ਦੈਨ। ਲੋੜ ਨਹੀਂ ਹੈ, ਤੇਰੇ ਵਰਗੇ ਬਥੇਰੇ ਕਾਮਰੇਡ ਤੁਰੇ ਫਿਰਦੇ ਆ ਆਮਣੇ ਸਾਹਮਣੇ ਬਹਿ ਕੇ, ਜੇ ਕੋਈ ਤਕਲੀਫ ਹੈ ਕਿ ਨਾ ਇੱਕ ਬਸ ਕਾਮਰੇਡ। ਹਾਂ ਠੀਕ ਹੈ, ਇਹ ਕਾਮਰੇਡ ਮੇਰੇ ਨਾਲ ਨਾ ਝਾੜ ਗਈ, ਈਸਟ ਇੰਡੀਆ ਕੰਪਨੀ ਫਲਾਣੀ ਆ ਗਈ। ਤੇਰਾ ਫੋਨ ਅਟੈਂਡ ਕਰ ਲਿਆ ਤੇ ਗੱਲ ਠੀਕ ਹੈ, ਤੂੰ ਜਿਹੜੀ ਗੱਲ ਕਰਨਾ ਚਾਹੁੰਦਾ ਉਹ ਕਰ, ਜੀ ਫਲਾਣੇ ਦਾ ਕਰ ਲਓ। ਨਹੀਂ, ਫੋਨ ਅਟੈਂਡਿੰਗ, ਯੂ ਆਰ ਰਿਪਰੈਜ਼ੈਂਟਿੰਗ ਮੀਡੀਆ, ਯੂ ਆਰ ਅ ਫੋਰਥ ਪਿਲਰ। ਮੇਰਾ ਨੌਕਰ ਥੋੜਾ ਭਰਾ, ਸੌਰੀ, ਆਈ ਐਮ ਇਨਵਾਈਟਿੰਗ ਯੂ ਫੋਰ ਅ ਕਲੀਅਰ ਪਬਲਿਕ ਡਿਬੇਟ। ਮਾਈ ਨੇਮ ਇਜ਼ ਗੁਰਮੋਹਨਪ੍ਰੀਤ ਸਿੰਘ, ਮੈਂ ਕੋਈ ਕਾਮਰੇਡ ਨਹੀਂ ਹੈਗਾ, ਯੂ ਸੈਕਿੰਡ ਥਾਟ। ਡਿਬੇਟ ਜਾਂਦੇ ਆ ਪੋਲੀਟੀਸ਼ੀਅਨ, ਡਿਬੇਟ ਚ ਬੁਲਾ ਤੂੰ। ਨਹੀਂ, ਤੁਸੀਂ ਜਿਵੇਂ ਹੋਰਾਂ ਦੀ ਇੰਟਰਵਿਊ ਕਰਦੇ ਹੋ, ਮੈਂ ਤੁਹਾਨੂੰ ਇੱਕ ਪਬਲਿਕ ਨਿਯੋਤਾ ਦੇਣਾ। ਜਿਹਦੀ ਮਰਜ਼ੀ ਕਰਾ ਯਾਰ, ਤੁਹਾਨੂੰ ਤਕਲੀਫ ਹੈ ਇਸ ਗੱਲ ਤੋਂ? ਤੁਸੀਂ ਬੇਸ਼ੱਕ ਹੈਗੀ ਹੈ, ਤੁਹਾਡੀ ਸਬਜੈਕਟਿਵਿਟੀ ਇੱਕ ਬੰਦੇ ਨੂੰ ਨੈਸ਼ਨਲਿਸਟ ਦਿਖਾਤਾ, ਤੁਹਾਨੂੰ ਇਹ ਨਹੀਂ ਦਿਖਿਆ ਤੁਸੀਂ ਜਦੋਂ ਸਿੱਧੂ ਨੂੰ ਕੁਐਸਚਨ ਕਰਦੇ ਸੀ ਹਥਿਆਰਾਂ ਦਾ, ਉਹ ਬੰਦਾ ਕਹਿ ਰਿਹਾ ਮੈਂ ਨੇਪਾਲ ਤੋਂ ਹਥਿਆਰ ਲੈ ਕੇ ਆਉਣੇ ਆ, ਉਦੋਂ ਤੁਸੀਂ ਉਹਦੇ ਨਾਲ ਕਿਵੇਂ ਡੀਲ ਕਰ ਰਹੇ? ਤੂੰ ਮੇਰਾ ਟੈਰੀਟਰ ਥੋੜਾ ਯਾਰ, ਕਿ ਤੈਨੂੰ ਜਵਾਬ ਦਊਂਗਾ। ਮੈਂ ਨੇਸ਼ਨ ਆ, ਤੁਸੀਂ ਇੰਡੀਆ ਦੇ ਟਾਰਮੈਂਟ ਕਰ ਰਹੇ ਹੋ ਫੈਬਰਿਕ, ਤੁਸੀਂ ਨੈਸ਼ਨਲਿਜ਼ਮ ਕਿਹਨੂੰ ਦਿਖਾਉਣਾ ਚਾਹੁੰਦੇ ਹੋ? ਆਰ ਯੂ ਪ੍ਰੋਮੋਟਿੰਗ ਗੈਂਗਸਟਰਸ? ਇੱਕ ਮੁੰਡੇ ਦੀ ਬਰਸੀ ਆ 19 ਤਰੀਕ ਨੂੰ, ਤੁਹਾਨੂੰ ਕੋਈ ਸ਼ਰਮ ਨਹੀਂ, ਕੋਈ ਹਯਾ ਨਹੀਂ? ਉੱਥੋਂ ਸ਼ਾਂਤ ਰਹਿ। ਨਹੀਂ, ਮੈਂ ਬਹੁਤ ਸ਼ਾਂਤ ਹੋ ਕੇ ਤੁਹਾਡੇ ਨਾਲ ਪ੍ਰੇਮ ਨਾਲ ਗੱਲ ਕੀਤੀ ਹੈ, ਤੁਸੀਂ ਕਿਵੇਂ ਤੂੰ ਤੋੜ ਕੇ ਆ ਗਏ? ਤੁਸੀਂ ਆਪਦੇ ਆਪ ਨੂੰ ਸਮਝਦੇ ਕੀ ਜੇ? ਪੰਜਾਬ ਦੇ ਵਿੱਚ ਦਿਨ ਦਿਹਾੜੇ ਕਿੱਦਾਂ ਵਰਗਾ ਮਾਹੌਲ ਹੋ ਗਿਆ, ਨੌਜਵਾਨ ਸਾਡਾ ਕੱਢ ਕੇ ਮਾਰ ਦਿੱਤਾ ਗਿਆ। ਨਹੀਂ, ਟੋਨ ਮੈਂ ਇਸ ਲਈ ਉੱਚੀ ਕੀਤੀ ਆ ਵੀ ਮੇਰੀ ਥੋੜ੍ਹ ਤੋਂ ਉੱਚੀ ਹੋ ਸਕਦੀ ਹੈ, ਮੈਂ ਇੰਨੀ ਵੀ, ਮੈਂ ਕੋਈ ਅਕਾਊਂਟੇਬਿਲਿਟੀ ਨਹੀਂ ਹੈਗਾ ਜੇ ਤੁਸੀਂ ਨਹੀਂ ਹੈਗੇ ਜਾਂ ਤੂੰ ਨਹੀਂ ਹੈਗਾ। ਤੇਰੇ ਵਰਗੇ ਬਥੇਰੇ ਘੁੰਮਦੇ ਆ, ਤੇਰੇ ਵਰਗੇ ਵੀ ਬਥੇਰੇ ਘੁੰਮਦੇ ਆ, ਹੱਡੀਆਂ ਚੱਕ ਕੇ ਖਾਣ ਨੂੰ, ਤੁੱਕੜ, ਬੋਝ, ਪੱਤਰਕਾਰ,